ਪਟਿਆਲਾ ਦੀ ਕੇਂਦਰ ਸੁਧਾਰ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ। ਦਰਅਸਲ ਕੇਂਦਰ ਸੁਧਾਰ ਜੇਲ੍ਹ 'ਚੋਂ ਲਗਾਤਾਰ ਮੋਬਾਈਲ ਫੋਨ 'ਤੇ ਨਸ਼ਾ ਬਰਾਮਦ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਕਾਰਨ ਹੁਣ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ 'ਚ। ਉੱਥੇ ਹੀ ਇਸ ਮਾਮਲੇ 'ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੇਲ੍ਹ ਅੰਦਰੋਂ ਮੋਬਾਈਲ ਫੋਨ 'ਤੇ ਨਸ਼ਾ ਬਰਾਮਦ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਕੁਝ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਕੱਲ੍ਹ ਸਾਨੂੰ ਇੱਕ ਜੇਲ੍ਹ ਤੋਂ ਪੱਤਰ ਬਰਾਮਦ ਹੋਇਆ ਸੀ ਕਿ ਸਹਾਇਕ ਸੁਪਰਡੈਂਟ ਤੇਜਾ ਸਿੰਘ ਨੇ ਜਦੋਂ ਅਚਨਚੇਤ ਚੈਕਿੰਗ ਕੀਤੀ ਗਈ ਜੇਲ੍ਹ ਦੀ, ਤਾਂ ਉੱਥੋਂ ਲਵਾਰਿਸ ਪੈਕਟ ਮਿਲਿਆ ਕਾਲੇ ਰੰਗ ਦੀ, ਉੱਤੇ ਟੇਬਲ ਬੇਟੀ ਹੋਈ ਸੀ ਉਹਦੇ, ਜਿਹਨੂੰ ਚੈੱਕ ਕਰਨ 'ਤੇ ਉਹਦੇ 'ਚੋਂ 7 ਜਰਦੇ ਦੀਆਂ ਪੁੜੀਆਂ ਅਤੇ ਇੱਕ ਨੋਕੀਆ ਦਾ ਮੋਬਾਈਲ ਫੋਨ ਬਰਾਮਦ ਹੋਇਆ, ਜਿਸ ਦੇ ਤਹਿਤ ਅਸੀਂ ਮੁਕੱਦਮਾ ਦਰਜ ਕਰਕੇ ਥਾਣਾ ਤ੍ਰਿਪੜੀ ਵਿਖੇ ਦੀ ਤਫਤੀਸ਼ ਅਮਲ 'ਚ ਲਿਆਉਂਦੀ ਜਾ ਰਹੀ। ਸਰ, ਕੁਝ ਪਤਾ ਲੱਗਿਆ ਕਿਹਨੇ ਛੁੱਟੀਆਂ ਅਤੇ ਕਿਹਨੂੰ ਕਿਹਦੇ ਵਾਸਤੇ ਛੁੱਟੀਆਂ ਸੀ? ਨਹੀਂ, ਉਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ, ਜੇਲ੍ਹ ਦੇ ਅੰਦਰ ਪੁੱਛਗਿਜ਼ਛ ਕਰਾਂਗੇ, ਬਾਹਰੋਂ ਵੀ ਚੈੱਕ ਕਰਾਂਗੇ ਉੱਥੇ ਜੇ ਕਿਸੇ ਨੇ ਬਾਹਰੋਂ ਸੁੱਟਿਆ ਜਾਂ ਅੰਦਰੋਂ। ਕੋਈ ਸੀਸੀਟੀਵੀ ਫੁਟੇਜ ਵਗੈਰਾ ਮਿਲੀ ਹੈ? ਨਹੀਂ, ਇਹਦੇ 'ਚ ਕੋਈ ਨਹੀਂ, ਫਿਲਹਾਲ ਨਹੀਂ ਮਿਲੀ। ਹਾਂਜੀ, ਕੱਲ੍ਹ ਸਾਨੂੰ ਇੱਕ ਜੇਲ੍ਹ ਤੋਂ ਪੱਤਰ ਬਰਾਮਦ ਹੋਇਆ ਸੀ ਕਿ ਸਹਾਇਕ ਸੁਪਰਡੈਂਟ ਤੇਜਾ ਸਿੰਘ ਨੇ ਜਦੋਂ ਅਚਨਚੇਤ ਚੈਕਿੰਗ ਕੀਤੀ ਗਈ ਜੇਲ੍ਹ ਦੀ, ਤਾਂ ਉੱਥੋਂ ਲਵਾਰਿਸ ਪੈਕਟ ਮਿਲਿਆ ਕਾਲੇ ਰੰਗ ਦੀ, ਉੱਤੇ ਟੇਬਲ ਬੇਟੀ ਹੋਈ ਸੀ ਉਹਦੇ, ਜਿਹਨੂੰ ਚੈੱਕ ਕਰਨ 'ਤੇ ਉਹਦੇ 'ਚੋਂ 7 ਜਰਦੇ ਦੀਆਂ ਪੁੜੀਆਂ ਅਤੇ ਇੱਕ ਨੋਕੀਆ ਦਾ ਮੋਬਾਈਲ ਫੋਨ ਬਰਾਮਦ ਹੋਇਆ, ਜਿਸ ਦੇ ਤਹਿਤ ਅਸੀਂ ਮੁਕੱਦਮਾ ਦਰਜ ਕਰਕੇ ਥਾਣਾ ਤ੍ਰਿਪੜੀ ਵਿਖੇ ਦੀ ਤਫਤੀਸ਼ ਅਮਲ 'ਚ ਲਿਆਉਂਦੀ ਜਾ ਰਹੀ। ਸਰ, ਕੁਝ ਪਤਾ ਲੱਗਿਆ ਕਿਹਨੇ ਛੁੱਟੀਆਂ ਅਤੇ ਕਿਹਨੂੰ ਕਿਹਦੇ ਵਾਸਤੇ ਛੁੱਟੀਆਂ ਸੀ? ਨਹੀਂ, ਉਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ, ਜੇਲ੍ਹ ਦੇ ਅੰਦਰ ਪੁੱਛਗਿੱਛ ਕਰਾਂਗੇ, ਬਾਹਰੋਂ ਵੀ ਚੈੱਕ ਕਰਾਂਗੇ ਉੱਥੇ ਜੇ ਕਿਸੇ ਨੇ ਬਾਹਰੋਂ ਸੁੱਟਿਆ ਜਾਂ ਅੰਦਰੋਂ। ਕੋਈ ਸੀਸੀਟੀਵੀ ਫੁਟੇਜ ਵਗੈਰਾ ਮਿਲੀ ਹੈ? ਨਹੀਂ, ਇਹਦੇ 'ਚ ਕੋਈ ਨਹੀਂ, ਫਿਲਹਾਲ ਨਹੀਂ ਮਿਲੀ। ਦੱਸ ਦਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪਟਿਆਲਾ ਦੀ ਕੇਂਦਰ ਸੁਧਾਰ ਜੇਲ੍ਹ ਕਾਫੀ ਵਿਵਾਦਾਂ 'ਚ ਰਹਿ ਚੁੱਕੀ ਹੈ, ਜਿੱਥੇ ਕਈ ਕੈਦੀਆਂ ਕੋਲੋਂ ਨਸ਼ੇ ਸਮੇਤ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ, ਜੋ ਕਿ ਪ੍ਰਸ਼ਾਸਨ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਨੇ। ਨਾਭਾ ਤੋਂ ਐਸ ਕੇ ਸ਼ਰਮਾ ਦੀ ਰਿਪੋਰਟ, ਸਪੋਕਸਮੈਨ ਟੀਵੀ।